इस वेले असी बठिंडा दे सैशन जज साहब की कोठी दे विच मौजूद हैं। तुसी तस्वीरां इत्थों दी वी देख सकते हो कि जिहड़ा बीते दिन पानी पिया सीगा वो पानी हजे तक निकलिया नहीं है, किन्ना किन्ना जिहड़ा पानी भरिया होया, इत्थे वी उही हाल है। तुसी देख सकते हो कि लैवल मेरे लक तो उपर है पानी का। तो ये साहब की कोठी है जिथे अंदर पूरी तरह के नाल पानी जा चुका है। तुहानू तस्वीरां दिखाने की कोशिश करते हैं कि किस तरह जिहड़ा वह शीशे वाला गेट लग्या है उत्थे जिहड़ा पानी अंदर जा रहा है, तो दूसरे पासे ये जिहड़ा लॉन है ये तुहानू तस्वीरां दिखाने की कोशिश करते हैं जिथे गार्डन है साहब का। उत्थे जिहड़ा कुर्सियां जिहड़ियां लगियां होईयां सी ਉਹ ਵੀ ਬਿਲਕੁਲ ਪੂਰਨ ਤੌਰ 'ਤੇ ਡੁੱਬ ਚੁੱਕੀਆਂ ਨੇ ਅਤੇ ਹੁਣ ਜੱਜ ਸਾਹਿਬ ਨੂੰ ਵੀ ਇੱਥੋਂ ਸੇਫ ਕੱਢਿਆ ਜਾ ਚੁੱਕਿਆ ਹੈ। ਤੁਹਾਨੂੰ ਦੱਸ ਦਈਏ ਕਿ ਇਸ ਪੂਰੇ ਏਰੀਏ ਦੇ ਨੂੰ ਕਵਰ ਕਰਨ ਦੇ ਲਈ ਬਰਸਾਤੀ ਪਾਣੀ ਤੋਂ ਬਚਾਵ ਦੇ ਲਈ ਇੱਕ ਵਿਸ਼ੇਸ਼ ਦੀਵਾਰ ਬਣਾਈ ਹੋਈ ਸੀ ਜੋ ਕਿ ਆਈ ਜੀ ਸਾਹਿਬ ਵਾਲੇ ਪਾਸਿਓਂ ਪਾੜ ਪੈਣ ਕਰਕੇ ਟੁੱਟ ਗਈ, ਜਿਸ ਤੋਂ ਬਾਅਦ ਇਸ ਜਗ੍ਹਾ 'ਤੇ ਵੀ ਪਾਣੀ ਇੱਕੇਦਮ ਆਇਆ ਹੈ। ਅਤੇ ਜਿਹੜਾ ਜੱਜ ਸਾਹਿਬ ਨੂੰ ਵੀ ਮੌਕਾ ਨਹੀਂ ਮਿਲਿਆ ਆਪਣਾ ਸਮਾਨ ਵਗੈਰਾ ਕੁਝ ਚੱਕਣ ਦਾ, ਅਤੇ ਹਰ ਇੱਕ ਸਮਾਨ ਜਿਹੜਾ ਤਹਿਸ ਨਹਿਸ ਹੋ ਗਿਆ। ਉਸ ਤੋਂ ਬਾਅਦ ਜੱਜ ਸਾਹਿਬ ਨੂੰ ਇੱਥੋਂ ਕਿਸ਼ਤੀ ਦੇ ਰਾਹੀਂ ਕੋਰਟ ਕੰਪਲੈਕਸ ਦੇ ਵਿੱਚ ਭੇਜਿਆ ਗਿਆ ਅਤੇ ਉਹਨਾਂ ਨੂੰ ਉਹਨਾਂ ਦਾ ਜਿਹੜਾ ਸਮਾਨ ਹੈ ਹੌਲੀ ਹੌਲੀ ਕਰਕੇ ਹੁਣ ਕੱਢਿਆ ਜਾ ਰਿਹਾ ਹੈ। ਦੂਸਰਾ ਦਿਨ ਹੈ ਅੱਜ ਜਿਹੜਾ ਬਠਿੰਡਾ ਦੇ ਵਿੱਚ ਬਰਸਾਤ ਦਾ, ਅਤੇ ਹਜੇ ਮੌਸਮ ਵਿਭਾਗ ਵੱਲੋਂ ਜਿਹੜਾ ਦੱਸਿਆ ਗਿਆ ਹੈ ਕਿ 18 ਤਰੀਕ ਤੱਕ ਜਿਹੜੀ ਬਰਸਾਤ ਹਜੇ ਹੋਰ ਪੈਣੀ ਹੈ। ਕੈਮਰਾਮੈਨ ਹੈਪੀ ਦੇ ਨਾਲ ਜੁਗਨੂ ਸ਼ਰਮਾ, ਦੈਨਿਕ ਸਵੇਰਾ ਟੀਵੀ, ਬਠਿੰਡਾ।